ਤੁਸੀਂ ਸੁਣ ਰਹੇ ਹੋ ਰੇਡੀਓ ਚਾਚੀ ਪਰਦੇਸੀ। ਦੋਸਤੋ, ਮੋਗਾ ਤੋਂ ਡਾਕਟਰ ਅਮਰੀਕ ਸਿੰਘ ਕੰਡਾ, ਕੰਡੇ ਦਾ ਕੰਡਾ ਲੈ ਕੇ ਹਾਜ਼ਰ ਨੇ। ਸਤਿ ਸ੍ਰੀ ਅਕਾਲ ਕੰਡਾ ਸਾਹਿਬ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਕੰਡਾ ਸਾਹਿਬ, ਕੀ ਹੈ ਕੰਡੇ ਦਾ ਕੰਡਾ ਅੱਜ? ਅੱਜ ਕੰਡੇ ਦਾ ਕੰਡਾ ਜੀ ਗਵਰਨਰ ਦੀ ਚਿੱਠੀ। ਜੀ ਜੀ, ਆਉਣ ਦਿਓ। ਅਸੀਂ ਇੱਕ ਦੋਸਤ ਨੂੰ ਮਿਲਣ ਲੁਧਿਆਣੇ ਗਏ ਜੀ। ਸਾਨੂੰ ਘਰ ਨਹੀਂ ਪਤਾ ਸੀ। ਉਹਨਾਂ ਨੇ ਮੋਬਾਈਲ ਤੇ ਦੱਸਿਆ ਕਿ ਇੱਕ ਸਕੂਟੀ ਤੇ ਮੇਰੀ ਕਾਰ ਕੋਲ 12-13 ਸਾਲ ਦਾ ਮੁੰਡਾ ਆ ਕੇ ਰੁਕਿਆ। ਤਾਂ ਉਸਨੇ ਪੁੱਛਿਆ, ਕੰਡਾ ਅੰਕਲ? ਮੈਂ ਕਿਹਾ ਹਾਂ। ਤੇ ਕਹਿੰਦਾ, ਫਿਰ ਆ ਜਾਓ ਮੇਰੇ ਪਿੱਛੇ ਪਿੱਛੇ। ਉਹ ਬੜੀ ਤੇਜ਼ੀ ਨਾਲ ਗਲੀਆਂ ਵਿੱਚ ਖੱਬੇ ਸੱਜੇ ਮੋੜ ਰਿਹਾ ਸੀ। ਜਦੋਂ ਹੀ ਸੜਕ ਤੇ ਚੜਿਆ ਤਾਂ ਪੁਲਿਸ ਨੇ ਰੋਕ ਲਿਆ। ਪੁਲਿਸ ਦਾ ਨਾਕਾ ਲੱਗਾ ਹੋਇਆ ਸੀ। ਮੈਂ ਸੋਚਿਆ, ਲੈ ਵੀ ਵਿਚਾਰਾ ਚਲਾਨ, ਹੁਣ ਵਿਚਾਰੇ ਚਲਾਨ ਕੱਟਿਆ ਜਾਣਾ। ਪਰ ਉਹਨੇ ਪਤਾ ਨੀ ਕਿ ਹੌਲਦਾਰ ਨੂੰ ਸਾਈਡ ਤੇ ਕਰਕੇ ਪਤਾ ਨੀ ਕੀ ਦਿਖਾਇਆ। ਪੁਲਿਸ ਨੇ 2 ਮਿੰਟ ਛੱਡ ਦਿੱਤਾ। ਅਸੀਂ ਦੋਸਤ ਘਰ ਪਹੁੰਚ ਗਏ। ਮੁੰਡਾ ਬਹੁਤ ਤੇਜ਼ ਸੀ। ਅਸੀਂ ਚਾਹ ਪਾਣੀ ਪੀਤਾ ਤੇ ਮੈਂ ਉਸ ਨੂੰ ਪੁੱਛਿਆ ਵੀ ਤੂੰ ਕੀ ਵਿਖਾਇਆ ਸੀ ਉਹਨਾਂ ਨੂੰ? ਤੈਨੂੰ ਪੁਲਿਸ ਵਾਲਿਆਂ ਨੇ ਛੱਡ ਦਿੱਤਾ, ਤੇਰੇ ਕੋਲ ਤਾਂ ਡਰਾਈਵਿੰਗ ਲਾਇਸੈਂਸ ਵੀ ਨੀ, ਤੇਰੀ ਉਮਰ 13-14 ਸਾਲ ਦੀ ਹੋਊ। ਉਹ ਕਹਿੰਦਾ, ਅੰਕਲ ਮੇਰੇ ਕੋਲ ਗਵਰਨਰ ਦੀ ਸਪੈਸ਼ਲ ਚਿੱਠੀ ਆ। ਮੈਂ ਕਿਹਾ, ਕਿਹੜੇ ਐਕਟ ਤਹਿਤ ਮਿਲੀ ਤੈਨੂੰ? ਉਹ ਕਹਿੰਦਾ, ਅੰਕਲ ਜੀ 50 ਦਾ ਨੋਟ ਦੇ ਦਿੱਤਾ। ਗਵਰਨਰ ਦੇ ਸਾਈਨ ਤਾਂ ਹਰ ਨੋਟ ਤੇ ਹੁੰਦੇ ਆ। ਕਿਆ ਬਾਤ ਹੈ, ਕਿਆ ਬਾਤ! ਮੈਂ ਹੈਰਾਨ ਸਾਂ ਉਸ ਮੁੰਡੇ ਤੇ। ਗਵਰਨਰ ਦੀ ਚਿੱਠੀ ਜੀ ਕਹਿੰਦਾ ਸਾਹਿਬ, ਹੋਰ ਕੀ ਹੈ? ਇੱਕ ਜਵਾਨ ਜੀ ਸੋਸ਼ਲ ਸਾਈਟਾਂ ਦੇ ਨਾ ਇਹ ਪਤਾ ਲੱਗਦਾ ਵੀ ਹੈ ਕੌਣ, ਫੇਕ ਫੇਸਬੁੱਕ ਫੇਸ ਬਹੁਤ ਜਾਲੀ ਕਰ ਰੱਖਿਆ। ਚੰਗੇ ਭੱਲੇ ਰੱਬ ਨੇ ਬੰਦੇ ਬਣਾਏ ਆ, ਬੀਬੀਆਂ ਬਣ ਕੇ ਤੁਰੇ ਫਿਰਦੇ ਆ, ਲਾਹਨਤ ਹੈ ਇਹਨਾਂ ਦੇ। ਉਹ ਸੁਣਿਆ ਫੇਕ ਫੇਸਬੁੱਕ ਫੇਸ, ਨਾ ਭੇਜ ਰਿਕੁਐਸਟ ਆਵੇ ਫੇਕ ਆਈਡੀ ਵਾਲੀ ਏ ਜਾਂ ਵਾਲਿਆ, ਨਾ ਭੇਜ ਰਿਕੁਐਸਟ ਆਵੇ ਫੇਕ ਆਈਡੀ ਵਾਲੀ ਏ ਜਾਂ ਵਾਲਿਆ, ਕਰ ਲੈਣ ਦੇ ਗੱਲ ਕੰਮ ਦੀ ਸਾਨੂੰ ਫੇਕ ਜੀਜੇ ਦੇ ਸਾਲਿਆ, ਕਰ ਲੈਣ ਦੇ ਗੱਲ ਕੰਮ ਦੀ ਸਾਨੂੰ ਫੇਕ ਜੀਜੇ ਦੇ ਸਾਲਿਆ, ਲਾਈਕ ਕਰੋ ਲਾਈਕ ਕਰੋ ਧੱਕੇ ਨਾਲ ਵਾਂਗ ਕਹੇ ਸਰਕਾਰ ਨੂੰ, ਲਾਈਕ ਕਰੋ ਲਾਈਕ ਕਰੋ ਧੱਕੇ ਨਾਲ ਵਾਂਗ ਕਹੇ ਸਰਕਾਰ ਨੂੰ, ਸਰ ਕਿਸੇ ਹੋਰ ਦਾ ਉੱਤੇ ਟੀ ਸ਼ਰਟ ਥੱਲੇ ਪਾਈ ਸਲਵਾਰ ਨੂੰ, ਥਾਮਸ ਕਰਾੜ ਆ ਸੁਣਿਓ ਜੀ, ਥਾਮਸ ਕਰਾੜ ਬਰਾੜ ਕੌਰ ਗੁਪਤਾ, ਬੁੱਝ ਗੋਰਿਆ ਉਹ ਕਾਲਿਆ, ਥਾਮਸ ਕਰਾੜ ਬਰਾੜ ਕੌਰ ਗੁਪਤਾ ਬੁੱਝ ਗੋਰਿਆ ਉਹ ਕਾਲਿਆ, ਕੰਡੇ ਮੋਗੇ ਵਾਲੇ ਕੋਲੋ ਰਹੀ ਬਚ ਕੇ ਕੱਢ ਦੂ ਕਚੂਮਰ ਜਿੱਟਾ ਵਾਲਿਆ। ਬਿਲਕੁਲ ਜੀ, ਵਜਨ ਵੀ ਕੁਇੰਟਲ 35 ਕਿਲੋ ਹੈ। ਬਿਲਕੁਲ ਕੰਡਾ ਸਾਹਿਬ, ਦੇਖੋ ਇੰਨੀ ਅੱਛੇ ਸਬੱਬ ਬਣਿਆ, ਇੱਕ ਸਾਂਝਾਂ ਬਣੀਆਂ ਨੇ, ਹਰ ਬੰਦੇ ਨੂੰ ਪੱਤਰਕਾਰਤਾ ਦਾ ਮੌਕਾ ਮਿਲਦਾ, ਪਰ ਲਾਹਨਤ ਹੈ ਅਜਿਹੀਆਂ ਕੁਛ ਭੇਡਾਂ ਦੇ, ਅਜਿਹੇ ਕੁਛ ਗੇ ਲੈਸਬੀਅਨ ਤੁਰੇ ਫਿਰਦੇ ਨੇ
ਜਿਨ੍ਹਾਂ ਦੀਆਂ ਅੰਦਰੂਨੀ ਫਿਤਰਤਾਂ ਅਜਿਹੀਆਂ ਨੇ ਕਿ ਉਹ ਕੁਦਰਤ ਦੇ ਨੇਮਾਂ ਨੂੰ ਤੋੜਦੇ ਨੇ, ਪਰ ਉਹ ਆਪਣੀ ਔਕਾਤ ਦਿਖਾ ਹੀ ਜਾਂਦੇ ਨੇ ਜਿਸ ਤਰ੍ਹਾਂ ਆਈ ਡੀ ਬਦਲ ਕੇ ਲੋਕ ਤੁਰੇ ਫਿਰਦੇ ਨੇ। ਲਾਹਨਤ ਹੈ, ਸ਼ਰਮ ਆਉਣੀ ਚਾਹੀਦੀ ਹੈ ਲੋਕਾਂ ਨੂੰ ਕਿ ਕਿਸ ਤਰ੍ਹਾਂ ਉਹ ਆਪਣੇ ਕਿਰਦਾਰ ਨੂੰ ਨੰਗਾ ਕਰ ਰਹੇ ਨੇ। ਪਤਾ ਇਹਨਾਂ ਦਾ ਫਿਰ ਵੀ ਲੱਗ ਜਾਂਦਾ, ਪਰ ਅਫਸੋਸ ਖੰਡਾ ਸਾਹਿਬ ਕਿ ਇਹਨਾਂ ਲੋਕਾਂ ਦਾ ਤੁਸੀਂ ਕਰੋਗੇ ਕੀ ਜੀ? ਸੰਪਰਕ ਇਹਨਾਂ ਨੂੰ ਇੱਕ ਮੈਂ ਨੇਕੀਆਂ ਦਾ ਲਿਬਾਸ ਦਾ ਸੁਨੇਹਾ ਦੇਣ ਲੱਗਾ, ਨੇਕੀਆਂ ਦਾ ਲਿਬਾਸ ਜੀ। ਤੇਰੀਆਂ ਨੇਕੀਆਂ ਦਾ ਲਿਬਾਸ ਹੀ ਤੇਰਾ ਬਦਨ ਢਕੇਗਾ ਇਹ ਕੰਡਿਆ। ਤੇਰੀਆਂ ਨੇਕੀਆਂ ਦਾ ਲਿਬਾਸ ਹੀ ਤੇਰਾ ਬਦਨ ਢਕੇਗਾ ਇਹ ਕੰਡਿਆ। ਸੁਣਿਆ ਰੱਬ ਦੇ ਸ਼ਹਿਰ ਚ ਕੱਪੜਿਆਂ ਦੀ ਦੁਕਾਨ ਨਹੀਂ ਹੁੰਦੀ ਜੀ। ਇਹ ਸੀ ਮੇਰਾ ਸੁਨੇਹਾ ਜੀ ਜੀ। ਮੇਰਾ ਮੋਬਾਇਲ ਨੰਬਰ 98555 5506, ਈਮੇਲ ਹੈ ASKANDAMOGA@gmail.com। ਮਿਹਰਬਾਨੀ ਕੰਡਾ ਸਾਹਿਬ, ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਦੋਸਤੋ, ਇਹ ਸਨ ਡਾਕਟਰ ਅਮਰੀਕ ਸਿੰਘ ਕੰਡਾ ਮੋਗੇ ਤੋਂ ਕੰਡੇ ਦਾ ਕੰਡਾ ਲੈ ਕੇ ਜੁੜੇ ਸੀ।